ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਹਾਂ ਗਗਨ ਸਿੱਧੂ ਗੱਲ ਕਰਾਂਗੇ ਇੱਕ ਨਵੀਂ ਅਪਡੇਟ ਜੋ ਕਿ ਨੀਟੂ ਸ਼ਟਰਾਂ ਵਾਲੇ ਨੂੰ ਲੈ ਕੇ ਸામਨੇ ਆਇਆ ਨੀਟੂ ਸ਼ਟਰਾਵਾਲਾ ਜੋ ਕਿ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਅੱਜ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਪਿਛਲੀ ਵਾਰ ਵੀ ਜਦੋਂ ਜਲੰਧਰ ਦੀਆਂ ਚੋਣਾਂ ਹੋਈਆਂ ਸੀ ਤਾਂ ਇਲਜ਼ਾਮ ਲਗਾਏ ਸੀ ਕਿ ਵੋਟਾਂ ਦੇ ਵਿੱਚ ਕਪਲਾ ਹੋਇਆ ਉਸ ਨੂੰ ਉਸ ਦੇ ਪਰਿਵਾਰ ਦੀਆਂ ਵੋਟਾਂ ਹੀ ਜਿਹੜੀਆਂ ਨਹੀਂ ਪਈਆਂ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਸੀ ਉਹਨੀਆਂ ਵੋਟਾਂ ਤੱਕ ਵੀ ਉਹਨੂੰ ਨਹੀਂ ਪੈਂਦੀਆਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ 1000 ਤੋਂ ਉੱਪਰ 1400 ਦੇ ਕਰੀਬ ਜਿਹੜੀ ਵੋਟ ਹੈ ਉਹ ਨੀਟੂ ਛਟਰਾ ਵਾਲੇ ਨੂੰ ਪੈਂਦੀ ਹੈ 1400 ਦੇ ਕਰੀਬ ਵੋਟ ਹੈ ਜਿਹੜੀ ਨੀਟੂ ਛਟਰਾ ਵਾਲੇ ਨੇ ਹਾਸਲ ਕੀਤੀ ਹੈ ਤੇ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਇਆ ਇਹ ਨੀਟੂ ਛਟਰਾ ਵਾਲਾ 11 ਕਿਲੋ ਦੇ ਕਰੀਬ ਲੱਡੂ ਲੈ ਕੇ ਆਉਂਦਾ ਹੈ ਉਸ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਉਸ ਨੂੰ ਵੋਟ ਪਾਈ ਹੈ ਉਹ ਉਹਨਾਂ ਤੋਂ ਖੁਸ਼ ਹੈ ਆਪਣੇ ਵੋਟਰਾਂ ਤੋਂ ਖੁਸ਼ ਹੈ ਤੇ ਇਹ ਲੱਡੂ ਉਹਨਾਂ ਦੇ ਲਈ ਨੇ ਤੇ ਅਗਲੀ ਵਾਰ ਦੀ ਵੀ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਉਸ ਦੀ ਹਾਰ ਹੋਈ ਹੈ ਪਰ ਜਿਹੜਾ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 1400 ਦੇ ਕਰੀਬ ਵੋਟਰ ਉਹਨਾਂ ਦੇ ਨਾਲ ਜੁੜੇ ਨੇ ਤੇ ਅਗਲੀ ਵਾਰ ਉਹ ਪੂਰੇ ਪੰਜਾਬ ਦੇ ਵਿੱਚ 13 ਕੈਂਡੀਡੇਟ ਆਪਣੇ ਪਰਿਵਾਰ ਦੇ ਹੀ ਜਿਹੜੇ ਆਜ਼ਾਦ ਕੈਂਡੀਡੇਟ ਹੋਣਗੇ ਆਜ਼ਾਦ ਚੋਣ ਲੜਨਗੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ 13 ਦੇ 13 ਪੰਜਾਬ ਦੇ ਵਕਫ ਵਕਹ ਜ਼ਿਲ੍ਹਿਆਂ ਤੋਂ ਚੋਣ ਲੜਨਗੇ ਤੇ ਜਿਹੜੀ ਇਹਨਾਂ ਪਾਰਟੀਆਂ ਦੇ ਨਾਲ ਟੱਕਰ ਲੈਣਗੇ ਗੱਲ ਵੀ ਨਿੱਟੂ ਸ਼ਟਰਾਂ ਵਾਲੇ ਦੇ ਵੱਲੋਂ ਆਖੀ ਗਈ ਆ ਤਾਂ ਖੁਸ਼ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਪਾਵਕ ਜ਼ਰੂਰ ਸੀ ਕਿ ਉਸਦੀ ਹਾਰ ਹੋਈ ਹੈ ਪਰ ਇੱਕ ਬਦਲਾਅ ਦੀ ਗੱਲ ਵੀ ਨੀਟੂ ਛਟਰਾ ਵਾਲੇ ਦੇ ਵੱਲੋਂ ਕਹੀ ਗਈ ਹੈ ਕਿ ਇੱਕ ਬਦਲਾਅ ਹੈ ਜਿਹੜਾ ਉਹ ਤਾਂ ਜ਼ਰੂਰ ਆਵੇਗਾ ਹਾਲਾਂਕਿ ਇਲਜ਼ਾਮ ਵੀ ਲਗਾਏ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਸੀ ਇਹਨਾਂ ਦੇ ਵੱਲੋਂ ਸ਼ਰਾਬ ਵੰਡੀ ਗਈ ਹੈ ਇਹਨਾਂ ਦੇ ਵੱਲੋਂ ਪੈਸਾ ਵੰਡਿਆ ਗਿਆ ਜਿਸ ਕਰਕੇ ਮੇਰੀ ਹਾਰ ਹੋਈ ਹੈ ਨੀਟੂ ਛਟਰਾ ਵਾਲੇ ਨੇ ਇਹ ਗੱਲ ਆ ਕੇ ਇਲਜ਼ਾਮ ਲਾਏ ਨੇ ਸ਼ਰਾਬ ਵੰਡਣ ਦੇ ਇਲਜ਼ਾਮ ਲਗਾਏ ਗਏ ਨੇ ਨੀਟੂ ਛਟਰਾਵਾਂ ਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1400 ਤੋਂ ਉੱਪਰ ਵੋਟ ਹੈ ਜਿਹੜੀ ਉਹ ਨੀਟੂ ਛਟਰਾਵਾਂ ਵਾਲੇ ਨੂੰ ਪੈ ਚੁੱਕੀ ਹੈ ਸਾਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਹਾਂ ਗਗਨ ਸਿੱਧੂ ਗੱਲ ਕਰਾਂਗੇ ਇੱਕ ਨਵੀਂ ਅਪਡੇਟ ਜੋ ਕਿ ਨੀਟੂ ਛਟਰਾਵਾਂ ਵਾਲੇ ਨੂੰ ਲੈ ਕੇ ਸਾਹਮਣੇ ਆਈ ਹੈ ਨੀਟੂ ਛਟਰਾਵਾਂ ਵਾਲਾ ਜੋ ਕਿ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਅੱਜ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਪਿਛਲੀ ਵਾਰ ਵੀ ਜਦੋਂ ਜਲੰਧਰ ਦੀਆਂ ਚੋਣਾਂ ਹੋਈਆਂ ਸੀ ਤਾਂ ਇਲਜ਼ਾਮ ਲਗਾਏ ਸੀ ਕਿ ਵੋਟਾਂ ਦੇ ਵਿੱਚ ਕਪਲਾ ਹੋਇਆ ਉਸ ਨੂੰ ਉਸਦੇ ਪਰਿਵਾਰ ਦੀਆਂ ਵੋਟਾਂ ਹੀ ਜਿਹੜੀਆਂ ਨਹੀਂ ਪਈਆਂ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਸੀ ਉਹਨੀਆਂ ਵੋਟਾਂ ਤੱਕ ਵੀ ਉਹਨੂੰ ਨਹੀਂ ਪੈਂਦੀਆਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ 1000 ਤੋਂ ਉੱਪਰ 1400 ਦੇ ਕਰੀਬ ਜਿਹੜੀ ਵੋਟ ਹੈ ਉਹ ਨੀਟੂ ਛਟਰਾਵਾਂ ਵਾਲੇ ਨੂੰ ਪੈਂਦੀ ਹੈ 1400 ਦੇ ਕਰੀਬ ਵੋਟ ਹੈ ਜਿਹੜੀ ਨੀਟੂ ਛਟਰਾਵਾਲੇ ਨੇ ਹਾਸਲ ਕੀਤੀ ਹੈ ਤੇ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਇਆ ਏ ਨੀਟੂ ਛਟਰਾਵਾਲਾ 11 ਕਿਲੋ ਦੇ ਕਰੀਬ ਲੱਡੂ ਲੈ ਕੇ ਆਉਂਦਾ ਏ ਉਸ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਉਸ ਨੂੰ ਵੋਟ ਪਾਈ ਹੈ ਉਹ ਉਹਨਾਂ ਤੋਂ ਖੁਸ਼ ਹੈ ਆਪਣੇ ਵੋਟਰਾਂ ਤੋਂ ਖੁਸ਼ ਹੈ ਤੇ ਇਹ ਲੱਡੂ ਉਹਨਾਂ ਦੇ ਲਈ ਨੇ ਤੇ ਅਗਲੀ ਵਾਰ ਦੀ ਵੀ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਉਸ ਦੀ ਹਾਰ ਹੋਈ ਹੈ ਪਰ ਜਿਹੜਾ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 1400 ਦੇ ਕਰੀਬ ਵੋਟਰ ਉਹਨਾਂ ਦੇ ਨਾਲ ਜੁੜੇ ਨੇ ਤੇ ਅਗਲੀ ਵਾਰ ਉਹ ਪੂਰੇ ਪੰਜਾਬ ਦੇ ਵਿੱਚ 13 ਕੈਂਡੀਡੇਟ ਆਪਣੇ ਪਰਿਵਾਰ ਦੇ ਹੀ ਜਿਹੜੇ ਆਜ਼ਾਦ ਕੈਂਡੀਡੇਟ ਹੋਣਗੇ ਆਜ਼ਾਦ ਚੋਣ ਲੜਨਗੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ 13 ਦੇ 13 ਪੰਜਾਬ ਦੇ ਵਕਫ ਵਕ ਜ਼ਿਲ੍ਹਿਆਂ ਤੋਂ ਚੋਣ ਲੜਨਗੇ ਤੇ ਜਿਹੜੀ ਇਹਨਾਂ ਪਾਰਟੀਆਂ ਦੇ ਨਾਲ ਟੱਕਰ ਲੈਣਗੇ ਗੱਲ ਵੀ ਨਿੱਟੂ ਸ਼ਟਰਾਂ ਵਾਲੇ ਦੇ ਵੱਲੋਂ ਆਖੀ ਗਈ ਆ ਤਾਂ ਖੁਸ਼ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਪਾਵਕ ਜ਼ਰੂਰ ਸੀ ਕਿ ਉਸਦੀ ਹਾਰ ਹੋਈ ਹੈ ਪਰ ਇੱਕ ਬਦਲਾਅ ਦੀ ਗੱਲ ਵੀ ਨੀਟੂ ਛਟਰਾ ਵਾਲੇ ਦੇ ਵੱਲੋਂ ਕਹੀ ਗਈ ਹੈ ਕਿ ਇੱਕ ਬਦਲਾਅ ਹੈ ਜਿਹੜਾ ਉਹ ਤਾਂ ਜ਼ਰੂਰ ਆਵੇਗਾ ਹਾਲਾਂਕਿ ਇਲਜ਼ਾਮ ਵੀ ਲਗਾਏ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਸੀ ਇਹਨਾਂ ਦੇ ਵੱਲੋਂ ਸ਼ਰਾਬ ਵੰਡੀ ਗਈ ਹੈ ਇਹਨਾਂ ਦੇ ਵੱਲੋਂ ਪੈਸਾ ਵੰਡਿਆ ਗਿਆ ਜਿਸ ਕਰਕੇ ਮੇਰੀ ਹਾਰ ਹੋਈ ਹੈ ਨੀਟੂ ਛਟਰਾ ਵਾਲੇ ਨੇ ਇਹ ਗੱਲ ਆ ਕੇ ਇਲਜ਼ਾਮ ਲਾਏ ਨੇ ਨਾ ਸ਼ਰਾਬ ਵੰਡਣ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਨੀਟੂ ਸ਼ਟਰਾਂ ਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1400 ਤੋਂ ਉੱਪਰ ਵੋਟ ਹੈ ਜਿਹੜੀ ਉਹ ਨੀਟੂ ਸ਼ਟਰਾਂ ਵਾਲੇ ਨੂੰ ਪੈ ਚੁੱਕੀ ਹੈ ਸਾਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਹਾਂ ਗਗਨ ਸਿੱਧੂ ਗੱਲ ਕਰਾਂਗੇ ਇੱਕ ਨਵੀਂ ਅਪਡੇਟ ਜੋ ਕਿ ਨੀਟੂ ਸ਼ਟਰਾਂ ਵਾਲੇ ਨੂੰ ਲੈ ਕੇ ਸਾਹਮਣੇ ਆਈ ਹੈ ਨੀਟੂ ਸ਼ਟਰਾਵਾਲਾ ਜੋ ਕਿ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਅੱਜ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਪਿਛਲੀ ਵਾਰ ਵੀ ਜਦੋਂ ਜਲੰਧਰ ਦੀਆਂ ਚੋਣਾਂ ਹੋਈਆਂ ਸੀ ਤਾਂ ਇਲਜ਼ਾਮ ਲਗਾਏ ਸੀ ਕਿ ਵੋਟਾਂ ਦੇ ਵਿੱਚ ਕਪਲਾ ਹੋਇਆ ਉਸ ਨੂੰ ਉਸ ਦੇ ਪਰਿਵਾਰ ਦੀਆਂ ਵੋਟਾਂ ਹੀ ਜਿਹੜੀਆਂ ਨਹੀਂ ਪਈਆਂ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਸੀ ਉਹਨੀਆਂ ਵੋਟਾਂ ਤੱਕ ਵੀ ਉਹਨੂੰ ਨਹੀਂ ਪੈਂਦੀਆਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ 1000 ਤੋਂ ਉੱਪਰ 1400 ਦੇ ਕਰੀਬ ਜਿਹੜੀ ਵੋਟ ਹੈ ਉਹ ਨੀਟੂ ਛਟਰਾ ਵਾਲੇ ਨੂੰ ਪੈਂਦੀ ਹੈ 1400 ਦੇ ਕਰੀਬ ਵੋਟ ਹੈ ਜਿਹੜੀ ਉਹ ਨੀਟੂ ਛਟਰਾ ਵਾਲੇ ਨੇ ਹਾਸਲ ਕੀਤੀ ਹੈ ਤੇ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਇਆ ਇਹ ਨੀਟੂ ਛਟਰਾ ਵਾਲਾ 11 ਕਿਲੋ ਦੇ ਕਰੀਬ ਲੱਡੂ ਲੈ ਕੇ ਆਉਂਦਾ ਹੈ ਉਸ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਉਸ ਨੂੰ ਵੋਟ ਪਾਈ ਹੈ ਉਹ ਉਹਨਾਂ ਤੋਂ ਖੁਸ਼ ਹੈ ਆਪਣੇ ਵੋਟਰਾਂ ਤੋਂ ਖੁਸ਼ ਹੈ ਤੇ ਇਹ ਲੱਡੂ ਉਹਨਾਂ ਦੇ ਲਈ ਨੇ ਤੇ ਅਗਲੀ ਵਾਰ ਦੀ ਵੀ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਉਸ ਦੀ ਹਾਰ ਹੋਈ ਹੈ ਪਰ ਜਿਹੜਾ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 1400 ਦੇ ਕਰੀਬ ਵੋਟਰ ਉਹਨਾਂ ਦੇ ਨਾਲ ਜੁੜੇ ਨੇ ਤੇ ਅਗਲੀ ਵਾਰ ਉਹ ਪੂਰੇ ਪੰਜਾਬ ਦੇ ਵਿੱਚ 13 ਕੈਂਡੀਡੇਟ ਆਪਣੇ ਪਰਿਵਾਰ ਦੇ ਹੀ ਜਿਹੜੇ ਆਜ਼ਾਦ ਕੈਂਡੀਡੇਟ ਹੋਣਗੇ ਆਜ਼ਾਦ ਚੋਣ ਲੜਨਗੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ 13 ਦੇ 13 ਪੰਜਾਬ ਦੇ ਵਕਫ ਵਕ ਜ਼ਿਲ੍ਹਿਆਂ ਤੋਂ ਚੋਣ ਲੜਨਗੇ ਤੇ ਜਿਹੜੀ ਇਹਨਾਂ ਪਾਰਟੀਆਂ ਦੇ ਨਾਲ ਟੱਕਰ ਲੈਣਗੇ ਗੱਲ ਵੀ ਨੀਟੂ ਸ਼ਟਰਾਂ ਵਾਲੇ ਦੇ ਵੱਲੋਂ ਆਖੀ ਗਈ ਹੈ ਤਾਂ ਖੁਸ਼ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਪਾਵਕ ਜ਼ਰੂਰ ਸੀ ਕਿ ਉਸ ਦੀ ਹਾਰ ਹੋਈ ਹੈ ਪਰ ਇੱਕ ਬਦਲਾਅ ਦੀ ਗੱਲ ਵੀ ਨੀਟੂ ਸ਼ਟਰਾਂ ਵਾਲੇ ਦੇ ਵੱਲੋਂ ਕਹੀ ਗਈ ਹੈ ਕਿ ਇੱਕ ਬਦਲਾਅ ਹੈ ਜਿਹੜਾ ਉਹ ਤਾਂ ਜ਼ਰੂਰ ਆਵੇਗਾ ਹਾਲਾਂਕਿ ਇਲਜ਼ਾਮ ਵੀ ਲਗਾਏ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਸੀ ਇਹਨਾਂ ਦੇ ਵੱਲੋਂ ਸ਼ਰਾਬ ਵੰਡੀ ਗਈ ਹੈ ਇਹਨਾਂ ਦੇ ਵੱਲੋਂ ਪੈਸਾ ਵੰਡਿਆ ਗਿਆ ਜਿਸ ਕਰਕੇ ਮੇਰੀ ਹਾਰ ਹੋਈ ਹੈ ਛਟਰਾ ਵਾਲੇ ਨੇ ਗੱਲ ਆਕੇ ਇਲਜ਼ਾਮ ਲਾਏ ਨੇ ਸ਼ਰਾਬ ਵੰਡਣ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਨੀਟੂ ਛਟਰਾ ਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1400 ਤੋਂ ਉੱਪਰ ਵੋਟ ਹੈ ਜਿਹੜੀ ਉਹ ਨੀਟੂ ਛਟਰਾ ਵਾਲੇ ਨੂੰ ਪਹਿ ਚੁੱਕੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਹਾਂ ਗਗਨ ਸਿੱਧੂ ਗੱਲ ਕਰਾਂਗੇ ਇੱਕ ਨਵੀਂ ਅਪਡੇਟ ਜੋ ਕਿ ਨੀਟੂ ਸ਼ਟਰਾਂ ਵਾਲੇ ਨੂੰ ਲੈ ਕੇ ਸਾਹਮਣੇ ਆਈ ਹੈ ਨੀਟੂ ਸ਼ਟਰਾਂ ਵਾਲਾ ਜੋ ਕਿ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਅੱਜ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਪਿਛਲੀ ਵਾਰ ਵੀ ਜਦੋਂ ਜਲੰਧਰ ਦੀਆਂ ਚੋਣਾਂ ਹੋਈਆਂ ਸੀ ਤਾਂ ਇਲਜ਼ਾਮ ਲਗਾਏ ਸੀ ਕਿ ਵੋਟਾਂ ਦੇ ਵਿੱਚ ਕਪਲਾ ਹੋਇਆ ਉਸ ਨੂੰ ਉਸਦੇ ਪਰਿਵਾਰ ਦੀਆਂ ਵੋਟਾਂ ਹੀ ਜਿਹੜੀਆਂ ਨਹੀਂ ਪਈਆਂ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਸੀ ਉਹਨੀਆਂ ਵੋਟਾਂ ਤੱਕ ਵੀ ਉਹਨੂੰ ਨਹੀਂ ਪੈਂਦੀਆਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਹਜ਼ਾਰ ਤੋਂ ਉੱਪਰ 1400 ਦੇ ਕਰੀਬ ਜਿਹੜੀ ਵੋਟ ਹੈ ਉਹ ਨੀਟੂ ਛਟਰਾਵਾਲੇ ਨੂੰ ਪੈਂਦੀ ਹੈ 1400 ਦੇ ਕਰੀਬ ਵੋਟ ਹੈ ਜਿਹੜੀ ਨੀਟੂ ਛਟਰਾਵਾਲੇ ਨੇ ਹਾਸਲ ਕੀਤੀ ਹੈ ਤੇ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਇਆ ਏ ਨੀਟੂ ਛਟਰਾਵਾਲਾ 11 ਕਿਲੋ ਦੇ ਕਰੀਬ ਲੱਡੂ ਲੈ ਕੇ ਆਉਂਦਾ ਏ ਉਸ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਉਸ ਨੂੰ ਵੋਟ ਪਾਈ ਹੈ ਉਹ ਉਹਨਾਂ ਤੋਂ ਖੁਸ਼ ਹੈ ਆਪਣੇ ਵੋਟਰਾਂ ਤੋਂ ਖੁਸ਼ ਹੈ ਤੇ ਇਹ ਲੱਡੂ ਉਹਨਾਂ ਦੇ ਲਈ ਨੇ ਤੇ ਅਗਲੀ ਵਾਰ ਦੀ ਵੀ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਉਸ ਦੀ ਹਾਰ ਹੋਈ ਹੈ ਪਰ ਜਿਹੜਾ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 1400 ਦੇ ਕਰੀਬ ਵੋਟਰ ਉਹਨਾਂ ਦੇ ਨਾਲ ਜੁੜੇ ਨੇ ਤੇ ਅਗਲੀ ਵਾਰ ਉਹ ਪੂਰੇ ਪੰਜਾਬ ਦੇ ਵਿੱਚ 13 ਕੈਂਡੀਡੇਟ ਆਪਣੇ ਪਰਿਵਾਰ ਦੇ ਹੀ ਜਿਹੜੇ ਆਜ਼ਾਦ ਕੈਂਡੀਡੇਟ ਹੋਣਗੇ ਆਜ਼ਾਦ ਚੋਣ ਲੜਨਗੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ 13 ਦੇ 13 ਪੰਜਾਬ ਦੇ ਵਕਫ ਵਕ ਜ਼ਿਲ੍ਹਿਆਂ ਤੋਂ ਚੋਣ ਲੜਨਗੇ ਤੇ ਜਿਹੜੀ ਇਹਨਾਂ ਪਾਰਟੀਆਂ ਦੇ ਨਾਲ ਟੱਕਰ ਲੈਣਗੇ ਗੱਲ ਵੀ ਨੀਟੂ ਸ਼ਟਰਾਂ ਵਾਲੇ ਦੇ ਵੱਲੋਂ ਆਖੀ ਗਈ ਹੈ ਤਾਂ ਖੁਸ਼ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਪਾਵਕ ਜ਼ਰੂਰ ਸੀ ਕਿ ਉਸ ਦੀ ਹਾਰ ਹੋਈ ਹੈ ਪਰ ਇੱਕ ਬਦਲਾਅ ਦੀ ਗੱਲ ਵੀ ਨੀਟੂ ਸ਼ਟਰਾਂ ਵਾਲੇ ਦੇ ਵੱਲੋਂ ਕਹੀ ਗਈ ਹੈ ਕਿ ਇੱਕ ਬਦਲਾਅ ਹੈ ਜਿਹੜਾ ਉਹ ਤਾਂ ਜ਼ਰੂਰ ਆਵੇਗਾ ਹਾਲਾਂਕਿ ਇਲਜ਼ਾਮ ਵੀ ਲਗਾਏ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਸੀ ਇਹਨਾਂ ਦੇ ਵੱਲੋਂ ਸ਼ਰਾਬ ਵੰਡੀ ਗਈ ਹੈ ਇਹਨਾਂ ਦੇ ਵੱਲੋਂ ਪੈਸਾ ਵੰਡਿਆ ਗਿਆ ਜਿਸ ਕਰਕੇ ਮੇਰੀ ਹਾਰ ਹੋਈ ਹੈ ਨੀਟੂ ਛਟਰਾ ਵਾਲੇ ਨੇ ਗੱਲ ਆਕੇ ਇਲਜ਼ਾਮ ਲਾਏ ਨੇ ਸ਼ਰਾਬ ਵੰਡਣ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਨੀਟੂ ਛਟਰਾ ਵਾਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1400 ਤੋਂ ਉੱਪਰ ਵੋਟ ਹੈ ਜਿਹੜੀ ਉਹ ਨੀਟੂ ਛਟਰਾ ਵਾਲੇ ਨੂੰ ਪੈ ਚੁੱਕੀ ਹੈ